ਦੀਦੀ ਦੀਦੀ ਹਾਂ ਦੀਦੀ, ਤੁਹਾਡਾ ਬਟੂਆ। ਬਟੂਆ? ਹਾਂ, ਬਟੂਏ ਨੂੰ ਮੈਂ ਫੁੱਲਾਂ ਵਾਲੇ ਰੁਮਾਲ 'ਚ ਪੈਸੇ ਲਪੇਟ ਕੇ ਲੈ ਕੇ ਜਾਂਦੀ ਹੈ। ਪੂਰੇ 10,000 ਦਾ ਹੈ, ਸਮਝਿਆ? 10,000 ਦਾ? ਕਿਉਂ, ਇਹਦੇ 'ਚ ਪੈਸੇ ਪਏ ਪਏ ਡਬਲ ਹੋ ਜਾਂਦੇ ਆ। ਓ ਸ਼ਟ ਅਪ, ਜਾ ਕੇ ਆਪਣਾ ਕੰਮ ਕਰ ਬਟੂਆ। ਬੋਲ ਸਿਮਰਨ ਦੀਦੀ, ਨਿਕਲ ਗਏ। ਨਿਕਲ ਕੇ ਕੀ ਹੁੰਦਾ, ਉਹ ਆ ਰਿਹਾ ਹੈ, ਨਹੀਂ ਬੋਲ ਸਕਦਾ। ਸਿੱਧੂ ਸਾਹਿਬ ਦੀ ਸਕੀ ਭੈਣ ਕੰਮ ਤੇ ਚੱਲੀ ਆ, ਸਾਲਾ ਕਹਿੰਦਾ ਨਿਕਲ ਗਏ। ਪਤਾ ਨਹੀਂ ਕਿਹੜੀ ਮਾੜੀ ਘੜੀ ਨੂੰ ਮੈਂ ਇਹੋ ਜਿਹਾ ਨੌਕਰ ਰੱਖ ਲਿਆ। ਸੌਰੀ ਪਾਜੀ, ਸਿਮਰਨ ਦੀਦੀ ਆ ਰਹੇ ਨੇ। ਤੈਨੂੰ 20 ਵਾਰੀ ਸਮਝਾਇਆ ਕਿ ਮੈਨੂੰ ਪਾਜੀ ਨਾ ਕਿਹਾ ਕਰ। ਪ੍ਰੋਫੈਸਰ ਸਾਹਿਬ ਕਿਆ ਕਰ, ਜੇ ਮੈਨੂੰ ਪਾਜੀ ਕਹਿਣ ਦਾ ਇੰਨਾ ਹੀ ਸ਼ੌਕ ਆ ਨਾ, ਫਿਰ ਸਿਮਰਨ ਨੂੰ ਦੀਦੀ ਕਹਿਣ ਦੀ ਲੋੜ ਨਹੀਂ, ਸਾਲਾ ਹੋਰ ਹੀ ਰਿਸ਼ਤਿਆਂ ਦੀ ਮਿਕਸ ਵੈਜ ਬਣਾ ਕੇ ਧਰ ਦਿੰਦਾ। ਸਮਝ ਗਿਆ ਜੀ। ਕੀ ਸਮਝਿਆ? ਇਹੀ ਵੀ ਅੱਜ ਤੋਂ ਕਦੇ ਵੀ ਘਰੇ ਮਿਕਸ ਵੈਜ ਨਹੀਂ ਬਣਾਉਣੀ। ਦੁਰ ਫਿਟੇ ਮੂੰਹ। ਤੁਹਾਡੇ ਵਾਲੀ ਵੀ ਹੱਦ ਹੈ ਪ੍ਰੋਫੈਸਰ ਸਾਹਿਬ, ਤੁਸੀਂ ਨਾ ਕਿਸੇ ਦਿਨ ਮੈਨੂੰ ਦਿਲ ਦਾ ਦੌਰਾ ਪਾ ਦੇਣਾ। ਤੁਹਾਨੂੰ ਤਾਂ ਦੌਰਾ ਕਿਸੇ ਦਿਨ ਪੈਣਾ ਡਾਕਟਰ ਸਾਹਿਬ, ਪਰ ਇਸ ਤਰਸਯੋਗ ਮਰੀਜ਼ ਦੀ ਹਾਲਤ ਤਾਂ ਦੇਖੋ, ਜਿਹਦਾ ਦਿਲ ਤੁਹਾਡੇ ਮਗਰ ਸਦਾ ਹੀ ਦੌਰਿਆਂ ਤੇ ਰਹਿੰਦਾ। ਜੇ ਦਿਲ ਦੌਰਿਆਂ ਤੇ ਰਹਿੰਦਾ ਨਾ, ਤਾਂ ਉਹਨੂੰ ਤੰਦਰੁਸਤ ਰੱਖਣ ਲਈ ਰੋਜ਼ 6 ਕਿਲੋਮੀਟਰ ਸੈਰ ਕਰਿਆ ਕਰੋ। ਤੇ ਜਨਾਬ ਦੀ ਕਲੀਨਿਕ ਵੀ ਤਾਂ ਪੂਰੇ 6 ਕਿਲੋਮੀਟਰ ਹੀ ਆ। ਅਸੀਂ ਤਾਂ ਇਹ ਸੋਚ ਕੇ ਤੁਹਾਨੂੰ ਰੋਜ਼ ਕਲੀਨਿਕ ਤੱਕ ਛੱਡਣ ਚਲੇ ਜਾਈਦਾ, ਸ਼ਾਇਦ ਇਸੇ ਬਹਾਨੇ ਦਿਲ ਦੀ 6 ਕਿਲੋਮੀਟਰ ਸੈਰ ਹੋ ਜਾਵੇ। ਇਹ ਸੈਰ ਨਾਲ ਤੁਹਾਡੀ ਗੱਡੀ ਦਾ ਪੈਟਰੋਲ ਘੱਟ ਹੋਣਾ, ਤੁਹਾਡਾ ਕੋਲੇਸਟ੍ਰੋਲ ਨਹੀਂ ਘਟਣਾ। ਇੱਦਾਂ ਕਰੋ, ਤੁਸੀਂ ਕਿਸੇ ਡਾਕਟਰ ਨੂੰ ਦਿਖਾਓ। ਕੀ ਗੱਲ, ਤੁਸੀਂ ਡਾਕਟਰ ਨੇ? ਪੈਸੇ ਦੇ ਕੈਟੇਗਰੀ ਲਈ ਆ? ਮੈਂ ਦਿਲ ਵਾਲੇ ਡਾਕਟਰ ਨੂੰ ਦਿਖਾਉਣ ਦੀ ਗੱਲ ਕਰ ਰਹੀ ਹਾਂ। ਅੱਛਾ, ਕੋਈ ਡਾਕਟਰ ਦਿਲ ਤੋਂ ਬਗੈਰ ਵੀ ਹੁੰਦਾ? ਤੁਸੀਂ ਵੀ ਸੱਚੇ ਹੋ, ਜੇ ਤੁਹਾਡਾ ਦਿਲ ਹੁੰਦਾ ਇੰਨੇ ਝੂਠੇ ਲੈਣ ਦੇ ਬਾਵਜੂਦ ਹੁਣ ਤੱਕ ਪਿਘਲਿਆ ਨਾ ਹੁੰਦਾ। ਤੁਸੀਂ ਸਾਡੇ ਕਿਰਾਏਦਾਰ ਹੋ, ਸਿਰਫ ਕਿਰਾਏਦਾਰ ਬਣ ਕੇ ਰਹੋ। ਪ੍ਰੋਫੈਸਰ ਸਾਹਿਬ, ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰਦਾ, ਪਲੀਜ਼ ਮਾਈਂਡ ਨਾ ਕਰਨਾ। ਅੱਜ ਲਾਸਟ ਟਾਈਮ ਮੈਂ ਤੁਹਾਡੇ ਤੋਂ ਲਿਫਟ ਲੈ ਰਹੀ ਹਾਂ। ਵੈਸੇ ਵੀ ਵਿਆਹ ਤੋਂ ਬਾਅਦ ਘਰ ਵਾਲਿਆਂ ਨੂੰ ਲਿਫਟ ਦਿੰਦਾ ਕੌਣ ਆ? ਤੂੰ ਕਹਣਾ ਮੈਨੂੰ ਕਲੀਨਿਕ ਛੱਡ ਕੇ, ਮੈਂ ਕਹਣਾ ਰਿਕਸ਼ਾ ਕਰ ਲਾ। ਆ ਜਾਓ, ਹੁਣ ਮੈਂ ਲੇਟ ਹੋ ਗਈ ਆ। ਲੇਟ ਤੁਸੀਂ ਇਕੱਲੇ ਹੀ ਨਹੀਂ, ਲੇਟ ਆਪਾਂ ਦੋਨੋਂ ਹੀ ਬਹੁਤ ਹੋ ਗਏ ਆ। ਤੁਸੀਂ ਨਾ ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਬੀ ਜੀ। ਸਤਿ ਸ੍ਰੀ ਅਕਾਲ ਪ੍ਰੋਫੈਸਰ ਸਾਹਿਬ। ਚੰਗਾ ਕੀਤਾ ਭੁੱਲਰ ਸਾਹਿਬ ਤੁਸੀਂ ਆ ਗਏ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਜ਼ਰੂਰੀ ਗੱਲ? ਦੱਸੋ। ਦੱਸਣਾ ਕੀ ਹੈ ਭੁੱਲਰ ਸਾਹਿਬ, ਜਵਾਨ ਭੈਣ ਘਰ 'ਚ ਕੁਆਰੀ ਬੈਠੀ ਹੋਵੇ ਤੇ ਘਰਦਿਆਂ ਨੂੰ ਨੀਂਦ ਨਹੀਂ ਆਉਂਦੀ। ਗੱਲ ਤਾਂ ਤੁਹਾਡੀ ਸਹੀ ਹੈ ਜੀ, ਕੁੜੀ ਜਵਾਨ ਹੋਵੇ ਨੀਂਦ ਤਾਂ ਸਾਰੇ ਮਹੱਲੇ ਦੀ ਉੱਡ ਜਾਂਦੀ ਹੈ। ਤੁਸੀਂ ਬਿਲਕੁਲ ਠੀਕ ਕਿਹਾ ਭੁੱਲਰ ਸਾਹਿਬ, ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਹਾਂਜੀ, ਤੁਹਾਨੂੰ ਤਾਂ ਪਤਾ ਹੀ ਹੈ ਕੁਆਰੀ ਭੈਣ ਦੀ ਜ਼ਿੰਮੇਵਾਰੀ ਕਿੰਨੀ ਵੱਡੀ ਹੁੰਦੀ ਹੈ। ਬਿਲਕੁਲ, ਜੇ ਭੈਣ ਵੱਡੀ ਉਮਰ ਦੀ ਹੋਵੇ ਫਿਰ ਤਾਂ ਜ਼ਿੰਮੇਵਾਰੀ ਹੋਰ ਵੀ ਵੱਡੀ ਹੋ ਜਾਂਦੀ ਆ, ਪਰ ਜੇ ਕੋਈ ਸਮਝੇ ਤਾਂ। ਪ੍ਰੋਫੈਸਰ ਸਾਹਿਬ, ਤੁਹਾਡੀ ਯੂਨੀਵਰਸਿਟੀ 'ਚ ਕੋਈ ਟੀਚਰ ਹੋਵੇ ਤਾਂ ਧਿਆਨ ਰੱਖਿਓ। ਕੀ ਗੱਲਾਂ ਕਰਦੇ ਹੋ ਭਾਬੀ ਜੀ, ਹੁਣ ਸਿਮਰਨ ਲਈ ਤੁਸੀਂ ਟੀਚਿੰਗ ਅਸਿਸਟੈਂਟ ਲੱਭੋਗੇ? ਜੇ ਉਹਨੂੰ ਵਿਆਹਣ ਦਾ ਹੌਸਲਾ ਕਰ ਹੀ ਰਹੇ ਹੋ ਤਾਂ ਘੱਟੋ ਘੱਟ ਕੋਈ ਪ੍ਰੋਫੈਸਰ ਰੈਂਕ ਦਾ ਬੰਦਾ ਤਾਂ ਲੱਭੋ। ਪ੍ਰੋਫੈਸਰ ਦੀ ਉਮਰ ਜ਼ਿਆਦਾ ਨਹੀਂ ਹੁੰਦੀ? ਨਾ ਜੇ ਪ੍ਰੋਫੈਸਰ ਦੀ ਉਮਰ ਜ਼ਿਆਦਾ, ਕੁੜੀ ਸਲੇਟੀਆਂ ਖਾਂਦੀ ਆ, ਉਹਦੀ ਜਵਾਨੀ ਵੀ ਤਾਂ ਫਾਈਨਲ ਈਅਰ 'ਚ ਤੁਰੀ ਫਿਰਦੀ ਆ। ਚਲੋ ਟੀਚਰ ਨਾ ਸਹੀ, ਕੋਈ ਪ੍ਰੋਫੈਸਰ ਹੀ ਹੋਵੇ ਤੁਹਾਡੀ ਨਿਗਾਹ 'ਚ ਤਾਂ ਜ਼ਰੂਰ ਦੱਸਿਓ। ਭਾਬੀ ਜੀ ਮਾਫ ਕਰਨਾ, ਮੇਰੀ ਨਜ਼ਰ 'ਚ ਕੋਈ ਹੋਰ ਤਾਂ ਪ੍ਰੋਫੈਸਰ ਹੈ ਨਹੀਂ, ਅਲਬਤਾ ਤੁਹਾਡੀ ਨਜ਼ਰ 'ਚ ਜ਼ਰੂਰ ਹੋ ਸਕਦਾ। ਜ਼ਰਾ ਗੌਰ ਤਾਂ ਫਰਮਾਓ। ਤੁਸੀਂ ਫੇਰ ਮੇਰੇ ਵਿਆਹ ਦਾ ਗਿੱਲਾ ਪੀਣ ਪਾ ਕੇ ਬਹਿ ਗਏ। ਫਿਰ ਜੀ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ, ਜੇ ਮੈਨੂੰ ਕੋਈ ਮੁੰਡਾ ਪਸੰਦ ਆਏਗਾ ਨਾ ਤਾਂ ਮੈਂ ਤੁਹਾਨੂੰ ਆਪੇ ਹੀ ਦੱਸ ਦਿਆਂਗਾ। ਸਿਮਰਨ ਆਪਣੀ ਉਮਰ ਵੱਲ ਵੀ ਤਾਂ ਦੇਖ, ਫਿਰ ਬਾਅਦ 'ਚ ਰਹਿੰਦ ਖੂਹ ਦੀ ਮਿਲਣੀ ਹੈ, ਫਿਰ ਕਹੇਗੀ ਮੈਨੂੰ ਬੁੜੇ ਨਾਲ ਵਿਆਹ ਤਾ। ਕਿਉਂ, ਬੁੜਿਆਂ ਦਾ ਦਿਲ ਨਹੀਂ ਹੁੰਦਾ? ਵਾਹ, ਕਿੱਡੀ ਸਿਆਣੀ ਗੱਲ ਕੀਤੀ ਆ ਸਿੱਧੂ ਸਾਹਿਬ, ਉਹ ਵੀ ਸੰਡੇ ਨੂੰ। ਨਹੀਂ, ਆਮ ਤੌਰ ਤੇ ਕੁੜੀਆਂ ਸੰਡੇ ਨੂੰ ਕਿੱਥੇ ਸਿਆਣੀਆਂ ਗੱਲਾਂ ਕਰਦੀਆਂ, ਉਹਨਾਂ ਦੇ ਪਾਦੀ ਛੁੱਟੀਆਂ ਤਾਂ ਛੁੱਟੀਆਂ। ਵੈਸੇ ਸਿਮਰਨ ਜੀ, ਹਾਂ, ਕੌਣ, ਕਿਹਨੂੰ, ਕਦੋਂ, ਕਿੱਥੇ ਟੱਕਰ ਜਾਵੇ, ਕੁਛ ਕਹਿ ਸਕਦੇ ਹੋ?